بسم اللہ الرحمن الرحیم السلام علیکم دوستو دادا بھائی اج ਤੁਹਾਡੇ واسطے ਲੈ ਕੇ ਆਇਆ ਜੀ ਬਹੁਤ ਹੀ ਮਾਠਾ ਟਰੈਕਟਰ کافی ਦੋਸਤਾਂ ਦੀ ਖੁਆਇਸ਼ ਸੀ ਜੀ ਕੋਈ ਸਸਤਾ ਜਿਹੜਾ ਟਰੈਕਟਰ ਦਿਓ ਸਸਤਾ ਜਿਆ ਤੇ ਬਹੁਤ ਹੀ ਸਸਤਾ ਜੀ ਸਿਰਫ 1.5 ਲੱਖ ਰੁਪਏ ਦੀ ਡਿਮਾਂਡ ਹੈ ਦੋਸਤੋ ਤੇ ਇਹਦਾ ਮੁਕੰਮਲ ਰਿਵਿਊ ਕਰਾ ਦਿੰਨੇ ਆ ਤੇ ਇਹ ਦੋਸਤੋ ਕਬੂਟਾ ਜਿਹੜੀ ਕਿ ਹਾਰਵੈਸਟਰ ਵੀ ਕੰਪਨੀ ਬਣਾਉਂਦੀ ਕਬੂਟਾ ਉਹਦੀ ਇਹ ਕੰਪਨੀ ਦਾ ਟਰੈਕਟਰ ਦੋਸਤੋ ਫਾਰ ਸੇਲ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਦੋਸਤੋ ਚੰਗੇ ਟਾਇਰ ਤੇ ਚੰਗਾ ਮਜ਼ਬੂਤ ਰਿਮ ਹਰ ਚੀਜ਼ੇ ਦੀ ਮਜ਼ਬੂਤ ਲੱਗੀ ਹੋਈ ਹੈ ਤੇ ਦੋਸਤੋ ਦੇਖ ਸਕਦੇ ਹੋ ਦੀ ਮੁਕੰਮਲ ਕੰਡੀਸ਼ਨ ਪਿਛਲੀ ਸਾਈਡ ਤੋਂ ਹੁੱਕ ਲੱਗੀ ਹੋਈ ਹੈ ਤੇ ਆਮ ਜਿਹੜੇ ਦੋਸਤ ਛੋਟੇ ਮੋਟੇ ਜ਼ਿੰਮੇਦਾਰ ਨੇ ਯਾਨੀ ਕਿ ਟਰਾਲੀ ਵਗੈਰਾ ਛੋਟੀ ਮੋਟੀ ਪਾਣਾ ਚਾਹੁੰਦੇ ਜਾਂ ਥੋੜਾ ਬਹੁਤ ਕੰਮ ਲੈਣਾ ਚਾਹੁੰਦੇ ਨੇ ਉਹਨਾਂ ਵਾਸਤੇ ਬਹੁਤ ਹੀ ਜ਼ਬਰਦਸਤ ਟਰੈਕਟਰ ਦੋਸਤੋ ਆ ਦੇਖ ਲੋ ਧੂਪਾਂ ਬਿਲਕੁਲ ਫੀਅਰਡ ਦੀ ਤਰ੍ਹਾਂ ਨੇ ਥੋੜੀ ਚੇਂਜਿੰਗ ਹੈ ਲੇਕਿਨ ਉਸ ਡਿਜ਼ਾਈਨ ਦੀਆਂ ਬਣਾਈਆਂ ਗਈਆਂ ਨੇ ਐ ਦੇਖ ਲੋ ਹੁੱਕ ਲੱਗੀ ਹੈ ਦੋਸਤ ਬਾਕੀ ਦੋਸਤਾਂ ਕੰਮ ਦੇਗਾ ਤਾਂ ਛੋਟੀ ਮੋਟੀ ਟਰਾਲੀ ਵਾਸਤੇ ਯਾਨੀ ਕਿ ਰੇੜੀ ਸਮਝ ਲੋ ਪਾਲੋ ਛੋਟੀ ਪੱਠੇ ਦਿੱਥੇ ਲਿਆਉਣ ਵਾਸਤੇ ਜਾਂ ਕੋਈ ਥੋੜੀ ਬਹੁਤ ਜ਼ਮੀਨ ਹੋਵੇ ਤੇ ਉਹਨੂੰ ਹਲੋ ਲਮਾੜੇ ਚੰਗੇ ਮਾਰ ਲੈ ਬਾਕੀ ਆਖੋ ਜ ਮੈਸੀ ਜਾਂ ਫੀਅਰਡ ਦਾ ਕੰਮ ਦੇ ਤੇ ਉਹ ਕਦੇ ਵੀ ਨਹੀਂ ਦੇਗਾ ਅਭਲਾ ਤਾਂ 35 ਜਿੰਨਾ ਜ਼ਰੂਰਤਾਰ ਨੂੰ ਕਰਕੇ ਦੇ ਦੇਗਾ ਇਹਨਾਂ ਕੋ ਹੈ ਇਸ ਗੱਡੀ ਚ ਜਾਨ ਬਾਕੀ ਅੱਛਾ ਟਰੈਕਟਰ ਹੈ ਦੋਸਤੋ ਤੁਹਾਨੂੰ ਪਤਾ ਹੈ ਇਹਨਾਂ 1.5 ਲੱਖ ਤਾਂ ਅਗਰ ਇਹਨੂੰ ਸਕ੍ਰੈਪ ਚ ਵੇਚੀਏ ਤੇ ਤਦ ਵੀ ਵਿਕ ਜਾਏਗਾ 1.5 ਲੱਖ ਕੋਈ ਡਿਮਾਂਡ ਇਹਦੀ ਜ਼ਿਆਦਾ ਤੇ ਨਹੀਂ ਹੈ ਇਹ ਦੇਖ ਲਓ 에ਅਰ ਫਿਲਟਰ ਅਗਲੀ ਸਾਈਡ ਤੇ ਦਿੱਤਾ ਗਿਆ ਦਾ ਜੀ ਬਾਕੀ ਮੈਸੀਜ ਵਗੈਰਾ ਯਾ ਫੀਅਰ ਦਾ ਦਰمیان ਚ ਹੁੰਦਾ ਹੈ ਜਾਂ ਬਿਲਕੁਲ ਟੈਂਕੀ ਦੇ ਨਾਲ ਦੇ ਰੈਡੀ ਰੇਡਰ ਤੋਂ ਵੀ ਅੱਗੇ ਦੇ ਦਿੱਤਾ ਹੈ ਇਹ ਦੇਖੋ ਲੋ ਦੋਸਤੋ ਇਹ ਪੰਪ ਵਗੈਰਾ ਚੈੱਕ ਕਰ ਲਓ ਤਿੰਨ ਸਿਲੰਡਰ ਹੈ ਜੀ ਇਹਦੀ ਹੱਥ ਵਾਲੀ ਰੇਸ ਹੈ ਦੋਸਤੋ ਅਜੀਬ ਜਿਹਾ ਬਣਾਇਆ ਗਿਆ ਇਹਨੂੰ ਕਿਉਂਕਿ ਪੁਰਾਣਾ ਟਰੈਕਟਰ ਪੁਰਾਣੇ ਡਿਜ਼ਾਈਨ 'ਚ ਹੀ ਤਿਆਰ ਕੀਤਾ ਗਿਆ ਨਾਲੇ ਹਰ ਕੰਪਨੀ ਦਾ ਲਾ-ਦਾ-ਦਾ ਡਿਜ਼ਾਈਨ ਹੁੰਦਾ ਹੈ ਇਹ ਦੇਖ ਲਓ ਸਲਵ ਹੀ ਲੱਗਾ ਜਨਰੇਟਰ ਵੀ ਬਿਲਕੁਲ ਓਕੇ ਟਰੈਕਟਰ ਹੈ ਦੋਸਤ ਚੱਲਦਾ ਹੈ ਨਹੀਂ ਕਿ ਪਾਵਰ ਕੀਤੇ ਟਰੈਕਟਰ ਹੈ ਇਹ ਦੇਖ ਲਿਆ ਸੈਟ ਤਾਂ ਮੁਕੰਮਲ ਲੁੱਕ ਠੀਕ ਹੈ ਦੋਸਤੋ ਨੰਬਰ ਆ ਰਿਹਾ ਹੈ ਤੇ ਇਹਦੇ ਤੇ ਰਾਬਤਾ ਕਰ ਲਵਾਂ ਮੈਨੂੰ ਤੇ ਇਜਾਜ਼ਤ ਹੈ ਥੈਂਕ ਯੂ